بسم اللہ الرحمن الرحیم، اللہ تعالیٰ کے فضل کرم رحمت کے ساتھ آج کا نیو ولاگ شروع کرتے ہیں۔ لوئی دوستو نا، ہوں ناشتہ کریے۔ ناشتہ نا اپنے کو ہے گا وا ماشاء اللہ شلجم مٹر، نال چائے ہے گی ہلکی، ان کی گیس آ رہی ہے، گیس بند ہونے والی ہے، تو اس تو بعد پھر دکان تے جانا۔ سبزی بھی اپنی الحمد للہ آ گئی ہوئی ہے، تو اپنے فروٹ بھی آ گیا اپنا، تو اپنی فروٹ والی جگہ نا جی تبدیلی دے آ گئی، وہ میں تمہیں جا کے دسا گا، نہ اپنے کمانڈو بھائی بھی ملیں گے، کمانڈو بھائی بھی اپنی جگہ تو چلے گئے ہیں، باقی گل آپ دکان سے کریں گے۔ ہوں فی الحال آپ ناشتہ کر لیے، تھی جلدی جا کے نہ چینل سبسکرائب کرو جن ہو سکتا ہے، تو نال ویڈیو واچ ٹائم دیو، شکریہ۔ بسم اللہ جی، بسم اللہ جی، بسم والسماء رفعها ووضع الميزان ألا تطغوا في الميزان۔ ما شاء الله الحمد لله، ਆਪਾਂ ਖਾਣਾ ਖਾ ਲਿਆ ਤਾਂ ਹੁਣ ਆਪਾਂ ਜਿਹੜਾ ਕਹਿੰਦਾ ਦੁਕਾਨ ਤੇ ਚਲੀਏ جا کے تھوڑا بہت کام کریے۔ کھڑا تھا ہوا جام ڈھونڈ رہا ہوں، صورت سے مخاطب میں وہ شام ڈھونڈ رہا ہوں، منظر میری نظر میں یہ سب حسین، واک دی سٹیج چاروں طرف نام گونج۔ ایک کلا شروع کر دیتے ہیں، ایک جگہ تو کعبہ، کعبہ لا کر ایک دائی دا تیرے تو رہنا، پھر تو آ ریڑی سامنے اپنے ادھر سے پھر صبرہ بچا کے پھر اوتھے جلدی نہ نکر تے ਮਾਜਰ ਵਾਲੇ ਨੇ ਭਾਅ ਜੀ ਤੋਂ ਫਾਰਮ ਕਰ ਦਿੱਤਾ ਉਹਨੇ, ਕਿਹਾ ਭਾਈ ਇੱਥੇ ਕੋਈ ਰੇੜੀ ਨਹੀਂ ਲੱਗਣੀ ਹੈ, ਸਫਾਈ ਰੱਖਣੀ ਹੈ, ਪਰ ਸਫਾਈ ਵੈਸੇ ਅੱਜ ਵੀ ਕਰਦੇ ਸੀ, ਵਿੱਚ ਬੰਦੇ ਹੁੰਦੇ ਆ ਨਾ ਵਿੱਚ ਊਂਚ ਨੀਚ ਕਰਨ ਵਾਲੇ, ਜਿਹਨਾਂ ਨੂੰ ਪਸੰਦ ਨਹੀਂ ਹੈ ਉਹ ਭਾਈ, ਜਿਹਨਾਂ ਨੂੰ ਘਰੋਂ ਰੋਟੀ ਨਹੀਂ ਨਾ ਮਿਲਦੀ ਉਹ ਬਾਹਰ ਫਿਰ ਅੱਖਾਂ ਕੱਢਦੇ। ਉਹ ਹਿਸਾਬ ਹੋਇਆ ਮਾਜਰ ਦੇ ਇੰਤਜ਼ਾਮੀਆਂ ਦੇ ਵਿੱਚ ਹੈ ਸੀ ਇੱਕ ਦੋ ਬੰਦੇ, ਉਹਨਾਂ ਨੇ ਕਿਹਾ ਰੇੜੀਆਂ ਕਢਾਉਣੀਆਂ, ਭਾਈ ਕਢਾ ਕੇ ਚਲੋ ਕੋਈ ਨਹੀਂ, ਉੱਥੇ ਕੋਈ 1000 ਬਚ ਜਾਂਦਾ ਸੀ, ਇੱਥੇ ਚਲੋ ਕੋਈ 200-400 ਬਚ ਜਾਂਦਾ ਵਾ, ਕੰਮ ਥੋੜ੍ਹਾ ਢਿੱਲਾ ਮਾਠਾ ਪੈ ਗਿਆ। ਇੱਥੇ ਮੇਰੇ ਕਮਾਂਡੋ ਭਾਈ ਅੱਗੇ ਚੱਲ ਗਏ, ਹੁਣ ਕਮਾਂਡੋ ਭਾਈ ਨੂੰ ਵੀ ਜਾ ਕੇ ਮਿਲਦੇ ਹਾਂ, ਬਾਕੀ ਅੱਲਾ ਪਾਕਾ ਤਾਂ ਹੈ ਤਾਂ ਭਾਈ ਜਿਹਨੇ ਰੇੜੀਆਂ ਕਢਾਈਆਂ ਬਾਹਰ, ਕੋਈ ਗੱਲ ਨਹੀਂ ਕੰਮ ਚੱਲਦੇ ਹੀ ਰਹਿਣਾ, ਕੰਮ ਰੁਕਣੇ ਕੋਈ ਨਹੀਂ ਹੈ। ਕੇਲੇ ਤਾਂ ਠੀਕ ਹੈ, ਸਾਲ ਬਣੇ ਅੱਛੇ ਵਾਲੇ ਕੇਲੇ ਹੈ, ਛੋਟਾ ਵੀਰ ਆਪਣਾ ਆ ਗਿਆ, ਤਾਂ ਹੁਣ ਆਪਾਂ ਚੱਲਦੇ ਹਾਂ ਕਮਾਂਡੋ ਭਾਈ ਕੋਲ ਜਾ ਕੇ ਗੱਪਸ਼ਪ ਲਾਈਏ। ਤਾਂ ਇੱਥੇ ਆਪਾਂ ਕੁਝ ਟਾਈਮ ਹੁੰਦਾ ਸੀ, ਕਿਤੇ ਰੇੜੀ ਲਾਈ ਦਿੰਦੇ, ਇੱਥੇ ਮੇਰੀ ਹੁੰਦੀ ਸੀ, ਇੱਥੇ ਕਮਾਂਡੋ ਭਾਈ ਦੀ ਹੁੰਦੀ ਸੀ, ਉਹ ਮਾਜਰ ਵਾਲਿਆਂ ਨੇ ਕਢਾ ਦਿੱਤਾ ਇੰਤਜ਼ਾਮੀਆਂ ਨੇ, ਕੋਈ ਗੱਲ ਨਹੀਂ ਖੁਸ਼ ਰਹਿਣ, ਕਿਤੇ ਵੀ ਹਾਲ ਚ ਪੁੱਛ ਰਹਿਣ ਜੀ। ਆਪਣੇ ਕਮਾਂਡੋ ਭਾਈ ਤਾਂ ਕਮਾਂਡੋ ਭਾਈ ਨੇ ਦੁਕਾਨ ਆ ਰੈਂਟ 'ਤੇ ਲੈ ਲਈ ਸੀ, ਇਹਦਾ ਕਿਰਾਇਆ ਹੈਗਾ 18,000 ਰੁਪਇਆ, ਤਾਂ ਕਮਾਂਡੋ ਭਾਈ ਤਾਂ ਹੁਣ ਖੁਸ਼ਹਾਲ ਹੋ ਗਏ, ਮਾਸ਼ਾ ਅੱਲਾਹ ਦੁਕਾਨ ਲੈ ਲਈ, ਹੁਣ ਕੁਛ ਕਹਿ ਨਹੀਂ ਸਕਦਾ, ਕੋਈ ਰੇੜੀ ਕੱਢੇ ਦੋਵੇਂ ਪਰੇ ਕਰ, ਤੁਹਾਨੂੰ ਐਨੂੰ ਕਰ, ਕੋਈ ਨਹੀਂ ਕਿਹਾ ਸਕਦਾ। ਅਸਲਾਮ ਵਾਲੇਕੁਮ, ਵਾਲੇਕੁਮ ਅਸਲਾਮ, ਕਿੱਦਾਂ ਉਸਤਾਦ ਮੋਹਤਰਮ, ਕਿੱਦਾਂ ਠੀਕ ਹੋ? ਸ਼ੁਕਰ ਅੱਲਾਹ ਦਾ। ਲੋ ਉਸਤਾਦ ਉਹਨਾਂ ਨੇ ਲਾਏ ਹੋਏ ਆ ਜਪਾਨੀ ਫਲ, ਅੰਗੂਰ, ਕੇਲਾ, ਸੇਬ, ਫੁੱਲ, ਮਹਿੰਗੀਆਂ ਮਹਿੰਗੀਆਂ ਆਈਟਮਾਂ ਆਈਆਂ ਹੋਈਆਂ, ਅਨਾਰ ਵੀ ਨਾਲ। ਕਿਉਂ ਉਸਤਾਦ, ਇੱਕ ਮਿੰਟ ਰੋ, ਮੈਂ ਕਿੱਥੇ ਚਲਾਂ, ਉਹ ਵੀ ਦੁਕਾਨ ਵੀ ਆਇਆ ਵਾ, ਚਲੋ ਫਿਰ ਆ ਜਾਓ। ਕਿੰਨਾ ਕਿੰਨਾ ਕੁ ਟਾਈਮ ਲੱਗਣਾ? 5 ਮਿੰਟ, 4 ਮਿੰਟ। ਚਾਹ ਕਹਿੰਦੀ ਨਾ ਸਾਹਮਣੇ ਕਾਹ ਕਿ ਮੇਰੇ ਕਹਿੰਦਾ ਚਾਹ ਕਹਿੰਦੀ ਤਾਂ ਮੇਰੇ ਖਾਤੇ ਕਹਿ ਕਹਿੰਦਾ ਚਾਹ ਪੀ ਲਓ, ਤਾਂ ਸੇਲ ਲੱਗੀ ਹੋਈ ਆ 250 ਵਾਲੀ ਜੁੱਤੀ 170 ਰੁਪਏ, 170 ਰੁਪਏ। ਉਹ ਜੀ ਕਮਾਂਡੋ ਭਾਈ ਨੇ ਰਸ਼ ਪਾਇਆ ਹੋਇਆ ਦੇ ਕੇਲਿਆਂ ਦਾ, ਫਾਂਸੀ ਦੇ ਬੰਦੇ ਦੇ ਚੜਾਏ ਹੋਏ ਆ ਕੇਲੇ, ਪਰ ਹੈ ਅੱਛੇ ਲੱਗਣ ਦੇ ਆ ਨਾ। ਫਿਲਹਾਲ ਆਪਾਂ ਚਾਹ ਮੰਗਵਾ ਲਈ ਆ, ਚਾਹ ਅੰਦਰ ਕਿੱਥੇ ਲੱਗੇ? ਆ ਚਾਹ ਜਿਹੜੇ ਸਾਹ, ਕੀ ਗੱਲ, ਮੰਡੀ ਇੱਥੇ ਲਾਈ ਹੋਈ ਹੈ ਤੂੰ? ਅਗਲੇ ਦਿਨ ਦਾ ਪਤਾ ਕੋਈ ਨਹੀਂ, ਕੁਛ ਭਾਈ ਸਾਡੇ ਚੰਗੇ ਰਹਿ ਗਏ, ਸਾਡੇ ਕੋਲ ਛੋਟੇ ਛੋਟੇ ਟੋਟੇ ਨਾ ਜਿਹੜੇ 500 ਉਹ ਬੰਦੇ ਨੂੰ ਮਿਲੋ ਜਾ ਕੇ ਜਰਾ ਸੱਜਣਾ, ਸਿਹਤ ਬਈਆ ਦੱਸਣਾ, ਹਾਂ ਦੇ ਨਾ ਛਾਂ ਹੋ ਗਈ ਫੁੱਲ, ਅੱਛਾ ਹੋ ਗਿਆ, ਧਿਆਨ ਨਾਲ ਧਿਆਨ ਨਾਲ ਬੱਚੇ ਉੱਪਰ ਵੀ ਵੇਖ ਕੇ, ਔਰ ਥੱਲੇ ਸੋਟੀ ਆ ਨਾ ਉਹਦੀ ਵਜ੍ਹਾ ਤੋਂ ਕੰਮ ਖਰਾਬ ਹੋਣ ਦਿਆ ਵਾ। ਤਾਦੇ ਮੋਹਤਰਮ, ਹੁਣ ਤੁਸੀਂ ਮੈਨੂੰ ਇਜਾਜ਼ਤ ਦਿਓ, ਮੈਂ ਜਾਵਾਂ ਘਰ, ਫਿਲਹਾਲ ਤੁਸੀਂ ਨਾ ਸੇਬ ਮੈਨੂੰ ਦੇ ਦਿਓ ਕਿਲੋ ਕੁ, ਇਹ ਮੈਂ ਮਾਮਾ ਵਾਸਤੇ ਲੈ ਜਾਵਾਂ, ਮੈਨੂੰ ਲੱਗਦਾ ਘਰ ਸੇਬ ਕੋਈ ਨਹੀਂ ਸੀ ਹੈ, ਅਤੇ ਸੇਬ ਮਾਸ਼ਾ ਤੁਹਾਡੇ ਤੁਹਾਡੇ ਨਾ ਫੁੱਲ ਅੱਛੇ ਵਾਲੇ ਸੇਬ, ਬੜਾ ਰੰਗ ਪਿਆਰਾ ਵਾ, ਤਾਂ ਦੇਖੋ ਕਿਲੋ ਹੋ ਗਏ ਹੁਣ ਜੀ, ਤੁਸੀਂ ਜਾਣਾ ਨਹੀਂ? ਹਾਂਜੀ ਨਾ ਉਸਤਾਦ, ਮੈਂ ਤਾਂ ਜਾਣਾ ਹੀ ਜਾਣਾ ਵਾ, ਆ ਵੱਧ ਹੀ ਆ ਉਸਤਾਦ, 100 ਗ੍ਰਾਮ ਥੋੜ੍ਹਾ ਜਿਹਾ ਵੱਧ ਆ, ਤਾਂ ਮੈਂ ਕਿਹਾ ਨਾਲ ਥੋੜ੍ਹਾ ਜਿਹਾ ਅੰਗੂਰ ਵੀ ਲੈ ਲਈਏ, ਅੰਗੂਰ ਜਿਹੜੇ ਨਾ ਜਿਹੜੇ ਫੁੱਲ ਫੁੱਲ ਪਿਆਰੇ ਆ, ਹਰੇ ਹਰੇ ਹੀ ਆ, ਕਿਆ ਭਾਅ ਦਾ ਮਾਸ਼ਾ ਅੱਲਾ, ਲਾਲ ਸੋਇਆ ਰੰਗ ਹੈ ਅੰਗੂਰਾਂ ਦਾ, ਤਾਂ ਮਿੱਠੇ ਵੀ ਆਇਆ ਵਾ,
ਵਾਕਈ ਕੋਲ ਮਿੱਠਾ ਸੇਬ ਲੈ ਲਿਆ ਤਾਂ ਅੰਗੂਰ ਲੈ ਲਿਆ ਤਾਂ ਹੁਣ ਨਾ ਜਰਾ ਕਾ ਪਾ ਚਲੀਏ ਘਰ ਘਰ ਜਾ ਕੇ ਨਾ ਕੋਈ ਆਰਾਮ ਰੂਮ ਕਰੀਏ ਅੱਛਾ ਕਮਾਂਡੋ ਭਾਈ ਮੁਲਾਕਾਤ ਕਰਾਂਗੇ ਇਨਸ਼ਾਅੱਲਾ ਠੀਕ ਹੈ ਇਨਸ਼ਾਅੱਲਾ ਸ਼ਾਮ ਨੂੰ ਇਨਸ਼ਾਅੱਲਾ ਕੋਈ ਨਾ ਅੱਲਾ ਪਾਕ ਚੰਗੀਆਂ ਕਰੇਗਾ ਅੱਲਾ ਪਾਕ ਤੁਹਾਨੂੰ ਕਾਮਯਾਬ ਕਰੇਗਾ ਇਨਸ਼ਾਅੱਲਾ ਇਨਸ਼ਾਅੱਲਾ ਆਇਆ ਕਰ ਰਾਤ ਨੂੰ 11 ਵਜੇ 12 ਵਜੇ ਦੇ ਕਰੇ ਚੱਲੋ ਅੱਛਾ ਲੋਏ ਰਾਤ ਨੂੰ 11 ਵਜੇ 12 ਵਜੇ ਤੱਕ ਕਮਾਂਡੋ ਭਾਈ ਇਸ ਜਗ੍ਹਾ ਤੇ ਆ ਨਹਿਰ ਬਾਜ਼ਾਰ 'ਚ ਆਪਣੇ ਬਟੂਆਂ ਦੇ ਬਿਲਕੁਲ ਨਾਲ ਐਸ ਬਾਰ ਦੇ ਤਾਂ ਤੁਸੀਂ ਜਦੋਂ ਵੀ ਦਿਲ ਕਰੇ ਆ ਸਕਦੇ 11 ਸਾਢੇ 11 ਵਜੇ ਤੱਕ ਦੋਸਤੋ ਹੁਣ ਆਪਾਂ ਆ ਗਏ ਚੈਂਬਰ 'ਚ ਘਰੋਂ ਫਾਰਗ ਹੋ ਕੇ ਆ ਗਏ ਤਾਂ ਹੁਣ ਇਹਨਾਂ ਚਿਰ ਆਪਾਂ ਇੱਥੇ ਸੋਈਏ ਕੋਈ 2-3 ਘੰਟੇ ਪੰਖਾ ਹਲਕਾ ਪੁਲਕਾ ਚਲਾ ਲਈਏ ਕੋਈ ਨੀਂਦ ਆ ਜਾਵੇਗੀ ਜਲਦੀ ਨਾਲ ਕਿਉਂਕਿ ਮੌਸਮ ਠੰਡਾ ਹੋਵੇ ਨਾ ਹਲਕੀ ਹਲਕੀ ਠੰਡ ਲੱਗਦੀ ਹੋਵੇ ਤਾਂ ਫੁੱਲ ਨੀਂਦ ਆਉਂਦੀ ਹੈ ਤਾਂ ਫਿਰ ਨੀਂਦ ਵੀ ਪੂਰੀ ਹੋਏ ਨਹੀਂ ਜਲਦੀ ਮੈਂ ਨਾ ਥੋੜ੍ਹਾ ਜਿਹਾ ਕੰਮ ਦੇ ਵਿੱਚ ਮਸਰੂਫ ਸੀ ਇਸ ਕਰਕੇ ਤਾਂ ਮੈਂ ਨਾ ਜਲਦੀ ਜਲਦੀ ਨਾ ਮੈਨੂੰ ਤਾਂ ਦੁਕਾਨ 'ਤੇ ਆਉਣਾ ਪਿਆ ਲੇਟ ਵੀ ਹੋ ਗਏ 7:30 ਦਾ ਟਾਈਮ ਹੋ ਗਿਆ ਤਾਂ ਹੁਣ ਜਿਹੜਾ ਮੈਂ ਦੁਕਾਨ ਰੱਖਦੀ ਬੰਦ ਕਰਨੀ ਸ਼ੁਰੂ ਕਰ ਦਿੱਤੀ ਆ ਬਸ ਹੁਣ ਆਪਾਂ ਨੂੰ ਇਸ ਤੋਂ ਇਲਾਵਾ ਕੰਮ ਹੋਏ ਨਹੀਂ ਆ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਕੋਈ ਕੰਮ ਹੋਇਆ ਤਾਂ ਫਿਰ ਇਨ ਸ਼ਾਅੱਲਾ ਕੰਮ ਕਰਦੇ ਨਾਲ ਉਸਦੇ ਨਾਲ ਮੈਂ ਜਿਹੜਾ ਕਿ ਸਮਾਨ ਹੋ ਗਿਆ ਆਈ ਟੀ ਬੈਟਰੀ ਦਾ ਇਹ ਮੁਕੰਮਲ ਕਰਦੇ ਹਾਂ ਬਿਲਕੁਲ ਬਣਾ ਲਈ ਇਹਦਾ ਆਪਣੇ ਭਾਂਜੇ ਸਾਹਿਬ ਚਲੋ ਫਿਰ ਟਾਈਮ ਨਾ ਕਿਤੇ ਰੱਖੇ ਦੇ ਵਿੱਚ ਨਾ ਮਾਰ ਲਈ ਸ਼ਾਬਾਸ਼ ਪਹੁੰਚ ਜਾ ਟਾਈਮ ਨਾਲ ਘਰ ਬਰ ਸਾਹਿਬ ਉਹਨਾਂ ਨੇ ਖਾਣੇ ਦੇ ਵਿੱਚ ਮੰਗਵਾਇਆ ਵਾ ਸੀਨਾ ਪੀਸ ਫਰਾਈ ਅਤੇ ਹੁਣ ਆਪਣਾ ਜਿਹੜਾ ਕਿ ਰਾੜੀ ਹੋਣ ਲੱਗਾ ਵਾ ਦੋਵੇਂ ਬਰ ਸਾਹਿਬ ਫੁੱਲ ਅੱਛੇ ਵਾਲਾ ਰੈਡੀ ਹੋਏਗਾ ਤੁਸੀਂ ਟੈਨਸ਼ਨ ਨਹੀਂ ਲੈਣੀ ਤੁਹਾਨੂੰ ਨਾ ਲੈ ਕੇ ਨਾ ਫੁੱਲ ਅੱਛੀ ਵਾਲੀ ਦੁਕਾਨ 'ਤੇ ਸ਼ਾਕਰ ਹੋਟਲ 'ਤੇ ਮਜ਼ਾ ਆਏਗਾ ਇਨ ਸ਼ਾਅੱਲਾ ਰੋਟੀ ਖਾ ਕੇ ਤਾਂ ਉੱਧਰ ਮੱਛੀ ਰੈਡੀ ਹੋ ਰਹੀ ਆ ਤੁਸੀਂ ਮੱਛੀ ਖਾਣੀ ਤਾਂ ਦੱਸਦੇ ਹੋ ਉਹ ਬਰ ਸਾਹਿਬ ਅਤੇ ਸ਼ਬੋ ਬੜੀ ਅੱਛੀ ਆ ਰਹੀ ਇੱਥੇ ਸ਼ੁਰੂ ਕਰ ਲਈ ਹਾਂ ਇੱਥੇ ਉੱਤੇ ਹੀ ਸ਼ੁਰੂ ਹੋ ਜਾ ਮਾਸ਼ਾਅੱਲਾ ਇੱਕ ਕੰਮ ਨਾ ਫੁੱਲ ਅੱਛੇ ਵਾਲਾ ਹੋਇਆ ਵਾ ਉਹਨਾਂ ਨੇ ਤੁਹਾਨੂੰ ਘਿਓ ਨੂੰ ਛੋੜ ਦਿੱਤਾ ਵਾ ਤੁਹਾਨੂੰ ਜ਼ਾਇਆ ਕਰਨ ਦੀ ਲੋੜ ਕੋਈ ਨਹੀਂ ਹੈ ਮਾਸ਼ਾਅੱਲਾ ਨਹੀਂ ਤਾਂ ਆਪਾਂ ਬਾਹਰ ਜਾ ਕੇ ਉੱਥੇ ਛਿੱਟੀ ਦਾ ਹੀ ਹੁੰਦਾ ਸੀ ਆਹ ਕੰਮ ਫੁੱਲ ਅੱਛੇ ਵਾਲਾ ਹੋ ਗਿਆ ਘਿਓ ਸਾਰਾ ਇੱਦਾਂ ਵਿੱਚ ਆ ਗਿਆ ਪਰ ਸਰ ਹੋਰ ਕੋਈ ਸ਼ਾਇਦ ਨੀ ਲੈਣੀ ਹੈ ਤੁਹਾਡੀ ਮਿਹਰਬਾਨੀ ਤੁਸੀਂ ਜਾ ਕੇ ਮੈਂ ਟਾਈਮ ਨਾਲ ਰੋਟੀ ਖਾ ਲੈਣੀ ਹੈ ਤੁਸੀਂ ਖਾਣੀ ਹੈ ਮੈਂ ਜਿਹੜਾ ਘਰ ਖਾਵਾਂਗਾ ਮੈਨੂੰ ਦੱਸੋ ਨਵੀਂ ਜਗ੍ਹਾ ਤੋਂ ਲੈ ਕੇ ਆਏ ਹਾਂ ਕਿਉਂ ਜੀ ਬਰ ਸਾਹਿਬ ਬਰ ਸਾਹਿਬ ਉਹਨਾਂ ਨੇ ਖਾਣਾ ਖਾ ਲਿਆ ਤਾਂ ਹੁਣ ਬਰ ਸਾਹਿਬ ਉਹਨੂੰ ਚਲੇ ਚੈਂਬਰ 'ਚ ਆਪਾਂ ਵੀ ਚਲੀਏ ਘਰ ਆਪਾਂ ਨੂੰ ਵੀ ਬੜੀ ਭੁੱਖ ਲੱਗੀ ਹੋਈ ਆ ਬੇਸ਼ੁਮਾਰ ਭੁੱਖ ਲੱਗੀ ਹੋਈ ਜਾ ਕੇ ਦੇਖਦੇ ਆ ਕੀ ਬਣਿਆ ਵਾ ਪਤਾ ਕੋਈ ਨਹੀਂ ਆਇਆ ਕੀ ਬਣਾਇਆ ਦਾਲ ਬਣੀ ਹੋਈ ਆ ਫੁੱਲ ਅੱਛੇ ਵਾਲੀ ਮੂੰਗੀ ਮਸਰਾਂ ਦੀ ਦਾਲ ਬਿਸਮਿਲਲਾ ਮਾਸ਼ਾਅੱਲਾ ਅਲਹਮਦੁਲਿਲਾ ਖਾਣਾ ਖਾ ਰਿਹਾ ਮੂੰਗੀ ਮਸਰਾਂ ਦੀ ਦਾਲ ਬਣੀ ਸੀ ਫੁੱਲ ਅੱਛੇ ਵਾਲੀ ਫੁੱਲ ਜ਼ਬਰਦਸਤ ਵੀਡੀਓ ਖਤਮ ਕਰਦੇ ਹਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਮਤ ਭੁੱਲੇਗਾ ਦੁਆਵਾਂ ਮੈਂ ਯਾਦ ਰੱਖਣਾ ਅੱਲਾ ਹਾਫਿਜ਼